ਮਾਨਯੋਗ ਸੁਪਰੀਮ ਕੋਰਟ ਦਾ ਹੁਕਮ ਬਹੁਤ ਚੰਗਾ, ਪਰ ਕੈਪਟਨ ਅਮਰਿੰਦਰ ਸਿੰਘ ਕੁਛ ਨਹੀਂ ਕਰਨਗੇ। ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਉਂਦੇ ਆ, ਉਹੀ ਕੈਪਟਨ ਅਮਰਿੰਦਰ ਸਿੰਘ ਉਹਦੀਆਂ ਰਿਕਮੈਂਡੇਸ਼ਨ ਦੇ ਉੱਤੇ ਕਾਰਵਾਈ ਨਹੀਂ ਕਰਦੇ, ਉਹਦੀਆਂ ਸਿਫਾਰਿਸ਼ਾਂ। ਹੁਣ ਤੱਕ ਦਾ ਸ਼ੱਕੀ ਕਿਰਦਾਰ ਆ ਕੈਪਟਨ ਅਮਰਿੰਦਰ ਸਿੰਘ ਦਾ, ਜੋ 3 ਸਾਲਾਂ ਦੇ ਵਿੱਚ ਕੁੱਕੜ ਖੇ ਉੱਡੀ ਆ, ਉਹੀ ਕੁਛ 2 ਸਾਲਾਂ 'ਚ ਕਰਨਗੇ। ਹੁਣ ਤੁਸੀਂ ਇੱਕ ਤੁਲਨਾ ਕਰੋ, ਹਾਈ ਕੋਰਟ ਦਾ ਰਿਟਾਇਰਡ ਜੱਜ, ਇੱਕ ਉਹਦੀ ਜਾਂਚ, ਇੱਕ ਪਾਸੇ ਕਿਸੇ ਥਾਣੇਦਾਰ DSP ਜਾਂ SP ਦੀ ਜਾਂਚ, ਵੈਲਿਡ ਕਿਹੜੀ ਹੋਊਗੀ, ਸੱਚਾਈ ਕਿਹਦੇ 'ਚ ਹੋਊਗੀ? ਅੱਜ ਮਜੀਠੀਆ ਅੰਦਰ ਕੀ ਬੋਲਦਾ ਸੀ, ਕਹਿੰਦਾ ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ, ਤੇਰੇ 'ਤੇ ਤੇਰਾ ਯਾਰ ਬੋਲਦਾ। ਕਹਿੰਦਾ ਜਿਹੜੀ ਪ੍ਰਗਟ ਦੀ ਚਿੱਠੀ ਆ ਉਹ ਸਿੱਧੂ ਨੇ ਲਿਖਵਾਈ ਆ। ਹੁਣ ਪ੍ਰਗਟ ਦੀ ਚਿੱਠੀ ਨੇ ਚੂੰਡੀ ਦਾ ਵੱਢੀ ਕੈਪਟਨ ਅਮਰਿੰਦਰ ਦੇ, ਅਤੇ ਦੁੱਖ ਮਜੀਠੀਆ ਨੂੰ ਲੱਗ ਰਿਹਾ। ਗੁਰੂ ਗ੍ਰੰਥ ਸਾਹਿਬ ਅਪਮਾਨ, ਗੋਲੀ ਕਾਂਡ, ਚਿੱਟੇ ਦੇ ਵਿੱਚ ਮਜੀਠੀਆ, ਐਂਡ ਦੂਜੇ ਤੀਜੇ ਮਾੜੇ ਕੰਮਾਂ ਦੇ ਵਿੱਚ ਬਾਦਲ ਪਰਿਵਾਰ ਨੂੰ ਪ੍ਰੋਟੈਕਟ ਇੱਕ ਦੂਸਰੇ ਨੂੰ ਕਰਨਾ, ਇਹਨਾਂ ਦੀ ਜਿਹੜੀ ਸੰਧੀ ਹੋਈ ਆ ਉਸ ਤੈਅਸ਼ੁਦਾ ਸੰਧੀ ਦੀਆਂ ਸ਼ਰਤਾਂ ਨੇ। ਤੁਸੀਂ ਕਹਿੰਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਕੋਈ ਉਮੀਦ ਨਹੀਂ ਹੈਗੀ, ਫਿਰ ਇਹਦੀ ਜਾਂਚ ਕਾਂਗਰਸ ਹਾਈ ਕਮਾਂਡ ਥੋੜ੍ਹੀ ਪਾਵਰ 'ਚ ਹੁੰਦੀ ਨਾ, ਅਤੇ ਕੈਪਟਨ ਸਾਹਿਬ ਦੀ ਬਦਲੀ ਹੋ ਜਾਣੀ ਸੀ। ਕੈਪਟਨ ਅਮਰਿੰਦਰ ਸਿੰਘ ਰਿਪਲੇਸ ਹੁੰਦੇ ਆ ਨਾ ਕਿਸੇ ਦੂਸਰੇ ਸੀਨੀਅਰ ਕਾਂਗਰਸੀ ਵਿਧਾਇਕ ਦੇ ਨਾਲ, ਕੋਈ ਹੋਰ ਮੁੱਖ ਮੰਤਰੀ ਬਣਦਾ, ਫਿਰ ਕੋਈ ਆਸ ਦੀ ਕਿਰਨ ਜਾਗ ਸਕਦੀ। CBI ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਇੱਕ ਯਾਚੀਕਾ ਦਾਇਰ ਕੀਤੀ ਗਈ ਸੀ, ਜਿਹੜੀ ਕਲੋਜ਼ਰ ਰਿਪੋਰਟ ਮੋਹਾਲੀ CBI ਕੋਰਟ ਦੇ ਵਿੱਚ ਦਾਇਰ ਕੀਤੀ ਗਈ ਸੀ। ਉਸ ਤੋਂ ਬਾਅਦ ਉਸ ਦੀ ਜਾਂਚ ਜਿਹੜੀ ਦੁਬਾਰਾ ਕਰਨ ਦੇ ਲਈ CBI ਦੇ ਵੱਲੋਂ ਮੰਗ ਕੀਤੀ ਗਈ ਸੀ, ਪਰ ਸੁਪਰੀਮ ਕੋਰਟ ਨੇ ਉਸ ਨੂੰ ਖਾਰਜ ਕਰ ਦਿੱਤਾ। ਇਸ ਮਾਮਲੇ 'ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਆ। ਬੈਂਸ ਸਾਹਿਬ, ਇੱਕ ਵਾਰ ਫਿਰ CBI ਨੇ ਸੁਪਰੀਮ ਕੋਰਟ ਨੇ ਕਹਿ ਤਾ ਕਿ ਪੰਜਾਬ ਸਰਕਾਰ ਇਸ ਮਾਮਲੇ ਦੀ ਜਾਂਚ ਕਰੂਗੀ, ਕਿਵੇਂ ਦੇਖਦੇ? ਹੁਕਮ ਬੜਾ ਚੰਗਾ, ਮਾਨਯੋਗ ਸੁਪਰੀਮ ਕੋਰਟ ਦਾ ਹੁਕਮ ਬਹੁਤ ਚੰਗਾ, ਪਰ ਕੈਪਟਨ ਅਮਰਿੰਦਰ ਸਿੰਘ ਕੁਛ ਨਹੀਂ ਕਰਨਗੇ। 3 ਸਾਲਾਂ ਦੇ ਵਿੱਚ ਕੀ ਕੀਤਾ ਉਹਨਾਂ ਨੇ? ਉਹੀ ਕੈਪਟਨ ਅਮਰਿੰਦਰ ਜਿਹੜੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਉਂਦੇ ਆ, ਉਹੀ ਕੈਪਟਨ ਅਮਰਿੰਦਰ ਸਿੰਘ ਉਹਦੀਆਂ ਰਿਕਮੈਂਡੇਸ਼ਨ ਦੇ ਉੱਤੇ ਕਾਰਵਾਈ ਨਹੀਂ ਕਰਦੇ, ਉਹਦੀਆਂ ਸਿਫਾਰਿਸ਼ਾਂ ਉਹ ਠੰਡੇ ਵਾਸਤੇ ਪਈਆਂ ਨੇ। ਫਿਰ ਕੁੰਵਰ ਵਿਜੇ ਪ੍ਰਤਾਪ SIT ਵਿਧਾਨ ਸਭਾ ਦੇ ਇੱਕ ਦਿਨ ਸੈਸ਼ਨ ਓਨਲੀ ਇਸ ਇਸ਼ੂ ਦੇ ਉੱਤੇ ਲਾਈਵ ਦਿਖਾਉਂਦੇ ਆ। ਹੁਣ ਤੱਕ ਦਾ ਸ਼ੱਕੀ ਕਿਰਦਾਰ ਆ ਕੈਪਟਨ ਅਮਰਿੰਦਰ ਸਿੰਘ ਦਾ, ਭਵਿੱਖ ਦੇ ਵਿੱਚ ਵੀ ਉਮੀਦ ਹੈ ਵੀ ਜੋ 3 ਸਾਲਾਂ ਦੇ ਵਿੱਚ ਕੁੱਕੜ ਖੇ ਉੱਡੀ ਆ, ਉਹੀ ਕੁਛ 2 ਸਾਲਾਂ 'ਚ ਕਰਨਗੇ। ਕੈਪਟਨ ਸਾਹਿਬ ਦਾ ਖੁਦ ਦਾ ਬਿਆਨ ਆ, ਕਹਿੰਦੇ ਜੀ ਅਸੀਂ ਇਹਨੂੰ ਪੂਰੇ ਤਰੀਕੇ ਦੇ ਨਾਲ ਜਾਂਚ ਕਰਕੇ ਅਸੀਂ ਇਹਦੀ ਪੜਚੋਲ ਕਰਾਂਗੇ, ਔਰ ਜਿਹੜੇ ਇਹਦੇ ਦੋਸ਼ੀ ਹੋਣਗੇ ਉਹਨਾਂ ਨੂੰ ਅਸੀਂ ਸਲਾਖਾਂ ਦੇ ਪਿੱਛੇ ਭੇਜਾਂਗੇ। ਤਰੀਕੇ ਇਹਨਾਂ ਦੋਸਤ 3 ਸਾਲ ਲੰਘ ਗਏ, 3 ਸਾਲਾਂ 'ਚ ਨਹੀਂ ਕੁਛ ਹੋਇਆ। ਹੁਣ ਜੈਸਾ ਕੈਪਟਨ ਅਮਰਿੰਦਰ ਸਿੰਘ ਦੇ ਅੰਦਰ ਸਟੇਟਮੈਂਟ ਸੀ, ਉਹ ਤੋਂ ਲੱਗਦਾ ਵੀ ਹੁਣ ਇਹ ਪੁਲਿਸ ਨੂੰ ਜਾਂਚ ਪੜਤਾਲ। ਹੁਣ ਤੁਸੀਂ ਇੱਕ ਤੁਲਨਾ ਕਰੋ, ਹਾਈ ਕੋਰਟ ਦਾ ਰਿਟਾਇਰਡ ਜੱਜ, ਇੱਕ ਉਹਦੀ ਜਾਂਚ, ਇੱਕ ਪਾਸੇ ਕਿਸੇ ਥਾਣੇਦਾਰ DSP ਜਾਂ SP ਦੀ ਜਾਂਚ, ਵੈਲਿਡ ਕਿਹੜੀ ਹੋਊਗੀ, ਸੱਚਾਈ ਕਿਹਦੇ 'ਚ ਹੋਊਗੀ? ਜਿਹੜੀ ਜਸਟਿਸ ਦੀ ਕੀਤੀ ਹੋਈ, ਰਿਟਾਇਰਡ ਜਸਟਿਸ ਦੀ ਕੀਤੀ ਹੋਈ ਜਾਂਚ ਆ, ਉਹਦੀਆਂ ਰਿਕਮੈਂਡੇਸ਼ਨ ਦੇ ਉੱਤੇ FIR ਦਰਜ ਕਿਉਂ ਨਹੀਂ ਹੁੰਦਾ? ਇੱਥੋਂ ਹੀ ਕੰਮ ਸ਼ੱਕੀ ਹੋ ਗਿਆ ਨਾ। ਦੂਸਰਾ ਨੰਬਰ, ਅੱਜ ਮਜੀਠੀਆ ਅੰਦਰ ਕੀ ਬੋਲਦਾ ਸੀ, ਕਹਿੰਦਾ ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ, ਤੇਰੇ 'ਤੇ ਤੇਰਾ ਯਾਰ ਬੋਲਦਾ। ਕਹਿੰਦਾ ਜਿਹੜੀ ਪ੍ਰਗਟ ਦੀ ਚਿੱਠੀ ਆ ਉਹ ਸਿੱਧੂ ਨੇ ਲਿਖਵਾਈ ਆ। ਹੁਣ ਪ੍ਰਗਟ ਦੀ ਚਿੱਠੀ ਨੇ ਚੂੰਡੀ ਦਾ ਵੱਢੀ ਕੈਪਟਨ ਅਮਰਿੰਦਰ ਦੇ, ਅਤੇ ਦੁੱਖ ਮਜੀਠੀਆ ਨੂੰ ਲੱਗ ਰਿਹਾ, ਕਿਉਂਕਿ ਨੇੜਤਾ ਅਤੇ ਸੰਧੀ ਇਸ ਕਦਰ ਹੈਗੀ ਆ, ਇੱਕ ਦੂਸਰੇ ਨੂੰ ਪ੍ਰੋਟੈਕਟ ਕਰਦੇ ਆ। ਗੁਰੂ ਗ੍ਰੰਥ ਸਾਹਿਬ ਅਪਮਾਨ, ਗੋਲੀ ਕਾਂਡ, ਚਿੱਟੇ ਦੇ ਵਿੱਚ ਮਜੀਠੀਆ, ਐਂਡ ਦੂਜੇ ਤੀਜੇ ਮਾੜੇ ਕੰਮਾਂ ਦੇ ਵਿੱਚ ਬਾਦਲ ਪਰਿਵਾਰ ਨੂੰ ਪ੍ਰੋਟੈਕਟ ਇੱਕ ਦੂਸਰੇ ਨੂੰ ਕਰਨਾ, ਇਹਨਾਂ ਦੀ ਜਿਹੜੀ ਸੰਧੀ ਹੋਈ ਆ ਉਸ ਤੈਅਸ਼ੁਦਾ ਸੰਧੀ ਦੀਆਂ ਸ਼ਰਤਾਂ ਨੇ।
ਮੈਂ ਸਾਹਿਬ ਕੀ ਮਸਲਾ ਹੱਲ ਹੋ ਸਕਦਾ? ਤੁਸੀਂ ਕਹਿੰਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਕੋਈ ਉਮੀਦ ਨਹੀਂ ਹੈਗੀ, ਫਿਰ ਇਹਦੀ ਜਾਂਚ ਕੀ? ਕਾਂਗਰਸ ਹਾਈ ਕਮਾਂਡ ਥੋੜ੍ਹੀ ਪਾਵਰ 'ਚ ਹੁੰਦੀ ਨਾ, ਅਤੇ ਕੈਪਟਨ ਸਾਹਿਬ ਦੀ ਬਦਲੀ ਹੋ ਜਾਣੀ ਸੀ। ਇਹ ਤਾਂ ਅਨਫੋਰਚੂਨੇਟਲੀ ਕਾਂਗਰਸ 2019 ਦੇ ਵਿੱਚ ਹੋਰ ਵੀਕ ਹੋ ਗਈ, ਅਤੇ ਕੈਪਟਨ ਸਾਹਿਬ ਦੀ ਕੁਰਸੀ ਨੂੰ ਕੋਈ ਹਿਲਾਉਣ ਵਾਲਾ ਹੀ ਹੈ ਨਹੀਂ। ਹੁਣ ਕਾਂਗਰਸ ਦੇ ਅੰਦਰ ਜੇ ਕੈਪਟਨ ਅਮਰਿੰਦਰ ਸਿੰਘ ਰਿਪਲੇਸ ਹੁੰਦੇ ਆ ਨਾ ਕਿਸੇ ਦੂਸਰੇ ਸੀਨੀਅਰ ਕਾਂਗਰਸੀ ਵਿਧਾਇਕ ਦੇ ਨਾਲ, ਕੋਈ ਹੋਰ ਮੁੱਖ ਮੰਤਰੀ ਬਣਦਾ, ਫਿਰ ਕੋਈ ਆਸ ਦੀ ਕਿਰਨ ਜਾਗ ਸਕਦੀ ਹੈ। ਲਗਾਤਾਰ ਕਾਂਗਰਸ ਇਸ ਮਾਮਲੇ 'ਤੇ ਕਹਿੰਦੀ ਰਹੀ ਹੈ, ਜਦੋਂ ਸੱਤਾ 'ਚ ਆਉਣ ਤੋਂ ਪਹਿਲਾਂ ਵੀ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਇਸ ਮਾਮਲੇ ਦੀ ਜਾਂਚ ਕਰਾਂਗੇ। ਬਹੁਤ ਸਾਰੇ ਜਿਹੜੇ ਖੁਦ ਦੇ ਮੰਤਰੀ ਵੀ ਆ ਉਹ ਵੀ ਇਹਦੇ ਵਿੱਚ ਆਵਾਜ਼ ਉਠਾਉਂਦੇ ਨਜ਼ਰ ਆਏ। ਤੁਹਾਨੂੰ ਲੱਗਦਾ ਕਿ ਪੂਰੇ ਦੇ ਪੂਰੇ ਮੰਤਰੀ, MLA, ਪੂਰੀ ਕਾਂਗਰਸ ਹੀ ਨਹੀਂ ਚਾਹੁੰਦੀ ਕਿ ਇਸ ਮਾਮਲੇ ਦੀ ਜਾਂਚ ਹੋਵੇ? ਜਾਂ ਫਿਰ ਜਗਦੋਸ਼ ਸਿੰਘ ਸਰ, ਬਹੁਤ ਸਾਰੇ ਮੰਤਰੀ MLA ਚਾਹੁੰਦੇ ਆ, ਚਾਹੁੰਦੇ ਕਿਉਂ ਨਹੀਂ? ਹੁਣ ਪ੍ਰਗਟ ਸਿੰਘ ਕਿਹਦੇ 'ਚੋਂ ਆ, ਬਾਜਵਾ ਕਿਹਦੇ 'ਚੋਂ ਆ, ਨਵਜੋਤ ਸਿੱਧੂ ਕਿਹਦੇ 'ਚੋਂ ਆ, ਸੁਖੀ ਰੰਧਾਵਾ ਕਿਹਦੇ 'ਚੋਂ ਆ, ਇਹ ਕਾਂਗਰਸ 'ਚੋਂ ਹੀ ਨੇ ਸਾਰੇ। ਇਹ ਲੋਕ ਚਾਹੁੰਦੇ ਆ ਵੀ ਕੋਈ ਚੱਜ ਦਾ ਕੰਮ ਜੋ ਲੋਕਾਂ ਨਾਲ ਅਸੀਂ ਪ੍ਰੋਮਿਸ ਕੀਤਾ ਉਹ ਪੂਰਾ ਕਰ ਲਈਏ, ਜਿਨ੍ਹਾਂ ਨੇ ਮਾੜਾ ਕੀਤਾ ਉਹਨਾਂ ਨੂੰ ਮਾੜੇ ਦੀ ਸਜ਼ਾ ਮਿਲੇ, ਪਰ ਉਹਨਾਂ ਦੀ ਵਾਹ ਪੇਸ਼ ਕੋਈ ਨਹੀਂ ਚੱਲਦਾ। ਵਿਧਾਨ ਸਭਾ 'ਚ ਦੋਵਾਂ ਤਰਫੋਂ ਕੁਝ ਫੋਟੋ ਜਿਹੜੀਆਂ ਇੱਕ ਦੂਜੇ ਦੀਆਂ ਦਿਖਾਈਆਂ ਗਈਆਂ, ਜਿਹੜੇ ਕਾਂਗਰਸ ਦੇ ਵੱਲੋਂ ਦਿਖਾਈ ਗਈ ਕਿ ਬਿਕਰਮਜੀਤ ਸਿੰਘ ਮਜੀਠੀਆ ਹੋਰਾਂ ਦੇ ਨਾਲ, ਜਿਹੜੇ ਅਨਵਰ ਮਸੀਹ ਮਸੀਹ ਆ, ਔਰ ਉਹਨਾਂ ਵੱਲੋਂ ਕਈ ਸਾਰੀਆਂ ਫੋਟੋ ਜਿਹੜੀਆਂ ਮਜੀਠੀਆ ਵੱਲੋਂ ਵੀ ਦਿਖਾਈਆਂ ਗਈਆਂ, ਕਿਵੇਂ ਦੇ? ਦੂਜਿਆਂ ਦਾ ਤਾਂ ਮੈਨੂੰ ਪਤਾ ਨਹੀਂ ਵੀ ਕਾਂਗਰਸਾਂ ਦੀ ਉਹ ਫੋਟੋ ਕਿਹਦੇ ਨਾਲ ਮਜੀਠੀਆ ਦਿਖਾ ਕੇ ਗਿਆ, ਪਰ ਮਜੀਠੀਏ ਵਾਸਤੇ ਤਾਂ ਪੂਰੇ ਪੰਜਾਬ ਦੇ ਅੰਦਰ ਇੱਕ ਲੋਕ ਗੀਤ ਹੀ ਬਣ ਗਿਆ। ਇਲੈਕਸ਼ਨਾਂ ਦੇ ਵਿੱਚ ਉਹ ਲੋਕ ਗੀਤ ਬੋਲਦਾ ਵੀ ਬੱਚਾ ਬੱਚਾ ਬੋਲਦਾ ਮਜੀਠੀਆ ਚਿੱਟਾ ਤੋਲਦਾ। STF ਦੀ ਰਿਪੋਰਟ ਆਈ, ਉਹਦੇ ਵਿੱਚ ਮਜੀਠੀਏ ਦਾ ਨਾਮ। ਹੁਣ ਇਦੋਂ ਵੱਡੇ ਹੋਰ ਕਿਹੜੇ ਸਬੂਤ ਪਰੂਫ ਚਾਹੀਦੇ ਆ? ED ਫਾਈਲ ਬੰਦ ਪਈ ਆ ਕਿਉਂਕਿ ਮੋਦੀ ਸਾਹਿਬ ਉੱਪਰ ਬੈਠੇ ਆ। ਅਨਵਰ ਮਸੀਹ ਦੇ ਨਾਲ ਮਜੀਠੀਆ ਦੇ ਤਲਕਾਤ ਅਤੇ ਸੰਬੰਧ ਜ਼ਰੂਰ ਤਫਤੀਸ਼ ਦਾ ਹਿੱਸਾ ਬਣਨੇ ਚਾਹੀਦੇ ਆ। ਇਹ ਅੱਜ ਨਹੀਂ, ਮੈਂ 15 ਦਿਨ ਪਹਿਲਾਂ ਜਿੱਦਣ ਇਹ ਸਾਰਾ ਕਾਂਡ ਹੋਇਆ, ਮੈਂ ਬੜੇ ਪ੍ਰੈਸ ਦੇ ਸਾਹਮਣੇ ਖੁਲਾਸੇ ਕੀਤੇ ਵੀ ਇਹ ਇੰਨੇ ਨੇੜੇ ਆ, ਇੱਕ ਦੂਜੇ ਦੇ ਘਰੇਲੂ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਹੈ ਇਹਨਾਂ ਦੀ, ਇਹਨਾਂ ਦੇ ਸੰਬੰਧਾਂ ਦੀ ਤਹਿਕੀਕਾਤ ਕਰੋ। ਅਨਵਰ ਦੇ ਅਤੇ ਮਜੀਠੀਏ ਦੇ ਆਪਸ ਦੇ ਵਿੱਚ ਇਕੱਲੇ ਪਰਿਵਾਰਕ ਸੰਬੰਧ ਨਹੀਂ, ਚਿੱਟਾ ਬਣਾਉਣ ਅਤੇ ਵੇਚਣ ਵਾਲੇ ਸੰਬੰਧ ਵੀ ਹੋ ਸਕਦੇ ਆ। ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਸਾਡੇ ਨਾਲ ਸਿਮਰਜੀਤ ਸਿੰਘ ਬੈਂਸ, ਜਿਨ੍ਹਾਂ ਨੇ ਬੇਅਦਬੀ ਮਾਮਲੇ 'ਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਕੋਲੋਂ ਜਿਹੜੀ ਕੋਈ ਉਮੀਦ ਨਹੀਂ ਹੈਗੀ ਕਿ ਇਸ ਮਾਮਲੇ ਦੀ ਜਾਂਚ ਉਹ ਕਰਨਗੇ। ਜੇਕਰ ਉਹਨਾਂ ਦੀ ਜਗ੍ਹਾ ਕਿਸੇ ਹੋਰ ਵਿਧਾਇਕ ਨੂੰ ਜਾਂ ਮੰਤਰੀ ਨੂੰ, ਉਹ ਕਹਿੰਦੇ ਆ ਕਿ ਜੇਕਰ ਕਾਂਗਰਸ ਹਾਈਕਮਾਂਡ ਮੁੱਖ ਮੰਤਰੀ ਬਣਾਉਂਦੀ ਹੈ ਤਾਂ ਉਮੀਦ ਕੀਤੀ ਜਾ ਸਕਦੀ ਹੈ ਕਿ ਮਾਮਲੇ ਦੀ ਜਾਂਚ ਹੋ ਸਕੇ। ਕੈਮਰਾਮੈਨ ਸੁਨੀਲ ਦੇ ਨਾਲ ਰਵੀ ਸੰਗਰਾਹੁਰ, ਵਿਜ਼ਨ ਪੰਜਾਬ, TV ਪੰਜਾਬ, ਵਿਧਾਨ ਸਭਾ, ਚੰਡੀਗੜ੍ਹ।